ਤੁਸੀਂ ਦੇਖ ਰਹੇ ਦੈਨਿਕ ਸਾਟੀ ਵੀ, ਮੈਂ ਹਾਂ ਸੰਦੀਪ ਸ਼ਰਮਾ। ਸੋ ਲੁਧਿਆਣਾ ਦੇ ਅੱਜ ਦੱਸਦੀ ਚੰਡੀਗੜ੍ਹ ਰੋਡ ਦੇ 32 ਸੈਕਟਰ ਦੇ ਵਿੱਚ ਅੱਜ ਇੱਕ ਘਰ ਦੇ ਵਿੱਚ ਸਿਲੰਡਰ ਫਟਣ ਨਾਲ ਤਾਂ ਇੱਕ ਬਹੁਤ ਵੱਡਾ ਇੱਕ ਮਾੜੀ ਘਟਨਾ ਸਾਹਮਣੇ ਆਈ ਦੱਸਦੀ ਕਿ ਘਰ ਨੂੰ ਭੁਚਾਗ ਲੱਗੀ। ਪਹਿਲਾਂ ਤੋਂ ਬਾਅਦ ਤਸਵੀਰ ਦਿਖਾਵਾਂਗਾ, ਇਹ ਸਿਲੰਡਰ ਹੈਗਾ ਜਿਹੜਾ ਜਿਸ ਨੂੰ ਇਹ ਅੱਗ ਲੱਗੀ ਸੀ ਤਾਂ ਬਿਲਕੁਲ ਸਾਹਮਣਾ ਕਰ ਰਿਹਾ ਹੈ। ਇਹ ਸੈਕਟਰ 32 ਪੈਂਦਾ ਜਿੱਥੇ ਇਸ ਸਿਲੰਡਰ ਜਿਹੜਾ ਬਲਾਸਟ ਨੂੰ ਅੱਗ ਲੱਗਦੀ ਹੈ ਅਤੇ ਪੂਰੇ ਘਰ ਦੇ ਵਿੱਚ ਜਿਹੜਾ ਬਲਾਸਟ ਹੁੰਦਾ ਆ। ਅਤੇ ਘਰ ਦੇ ਵਿੱਚ ਉਸ ਟਾਈਮ 3 ਜੀਅ ਮੌਜੂਦ ਸੀ ਅਤੇ ਉਸ ਦੇ ਨਾਲ ਹੀ 2 ਪਾਲਤੂ ਕੁੱਤੇ ਵੀ ਸੀ, ਜਿਨ੍ਹਾਂ ਵਿੱਚੋਂ 1 ਕੁੱਤੇ ਦੀ ਮੌਤ ਹੋ ਜਾਂਦੀ ਹੈ ਸੜ ਕੇ। ਤਾਂ ਫਿਲਹਾਲ ਪਰਿਵਾਰਕ ਨੂੰ ਜਿਹੜੇ ਆਸ ਪਾਸ ਦੇ ਲੋਕ ਹੈ ਉਹਨਾਂ ਨੂੰ ਜ਼ੇਰੇ ਇਲਾਜ ਹਸਪਤਾਲ 'ਚ ਭੇਜ ਦਿੰਦੇ। ਲੇਕਿਨ ਤੁਸੀਂ ਤਸਵੀਰਾਂ ਦੇਖ ਸਕਦੇ ਹੋ, ਇਹ ਚੰਡੀਗੜ੍ਹ ਰੋਡ ਦਾ 32 ਸੈਕਟਰ ਹੈ ਜਿੱਥੇ 299 ਨੰਬਰ ਮਕਾਨ ਦੇ ਵਿੱਚ ਅੱਜ ਸਵੇਰੇ ਤਕਰੀਬਨ 11:30 ਇੱਕ ਸਿਲੰਡਰ ਨੂੰ ਜਿਹੜਾ ਬਲਾਸਟ ਹੁੰਦਾ ਹੈ ਤਾਂ ਬਲਾਸਟ ਨਾਲ ਕਾਫੀ ਜਿਹੜਾ ਅੱਗ ਲੱਗ ਜਾਂਦੀ ਹੈ ਅਤੇ ਪੂਰੇ ਮਕਾਨ ਨੂੰ ਤੁਸੀਂ ਦੇਖ ਸਕਦੇ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਭਿਆਨਕ ਅੱਗ ਲੱਗਦੀ ਹੈ। ਅਤੇ ਮੌਕੇ 'ਤੇ ਹੀ ਇਲਾਕਾ ਵਾਸੀਆਂ ਵੱਲੋਂ ਜਿਹੜਾ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਸੂਚਿਤ ਕਰਨਾ, ਤਕਰੀਬਨ 6 ਤੋਂ 7 ਗੱਡੀਆਂ ਇਸ ਮੌਕੇ 'ਤੇ ਪਹੁੰਚਦੀਆਂ ਗਈਆਂ ਅਤੇ ਅੱਗ ਬੁਝਾਊ ਦਸਤਾ ਪਹੁੰਚ ਕੇ ਅੱਗ ਦੇ ਉੱਤੇ ਕਾਬੂ ਪਾਉਂਦਾ। ਤਾਂ ਤੁਸੀਂ ਤੁਸੀਂ ਦੇਖ ਸਕਦੇ ਹੋ ਇਹ ਚੰਡੀਗੜ੍ਹ ਦਾ 32 ਸੈਕਟਰ ਪੈਂਦਾ ਆ ਜਿੱਥੇ ਅੱਜ ਤਕਰੀਬਨ 11:30 ਇੱਥੇ ਜਗ੍ਹਾ 'ਤੇ ਅੱਗ ਲੱਗਦੀ ਹੈ ਪੂਰੇ ਮਕਾਨ ਦੇ ਵਿੱਚ। ਦੱਸਿਆ ਜਾ ਰਿਹਾ ਕਿ ਉਸ ਟਾਈਮ ਇਸ ਜਗ੍ਹਾ ਦੇ ਉੱਪਰ ਜਿਹੜੇ ਘਰ ਦੇ 3 ਜੀਅ ਮੌਜੂਦ ਸੀ, ਇਸ ਨਾਲ ਹੀ ਪਾਲਤੂ ਕੁੱਤਾ, ਮੈਂ ਤਸਵੀਰ ਦਿਖਾਊਂਗਾ ਜਿਹੜਾ ਪਾਲਤੂ ਕੁੱਤਾ ਵੀ ਇਸ ਘਟਨਾ ਦੇ ਅੱਗ ਦੇ ਵਿੱਚ ਜਿਹੜਾ ਮੌਤ ਦੀ ਅੱਗੋ ਚਲਾ ਗਿਆ, ਯਾਨੀ ਕਿ ਸੜ ਕੇ ਸਵਾਹ ਹੋ ਗਿਆ। ਸੋ ਘਰ ਦਾ ਜਿਹੜਾ ਸਾਰਾ ਸਮਾਨ ਪੂਰੀ ਤਰ੍ਹਾਂ ਜਲ ਕੇ ਰਾਖ ਹੋ ਗਿਆ। ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਫਾਇਰ ਬ੍ਰਿਗੇਡ ਜਿਹੜੇ ਕਰਮਚਾਰੀ ਹੈਗੇ ਆ ਇਸ 'ਤੇ ਮੌਜੂਦ ਹੈਗੇ ਆ। ਇਲਾਕਾ ਪੁਲਿਸ ਇੱਥੇ ਮੌਕੇ 'ਤੇ ਪਹੁੰਚ ਚੁੱਕੀ ਹੈ ਅਤੇ ਤਕਰੀਬਨ 11:30 ਦਾ ਟਾਈਮ ਦੱਸਿਆ ਜਦੋਂ ਅੱਗ ਲੱਗਦੀ ਹੈ। ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗਾ, ਸਰ ਕਿੰਨੇ ਵਜੇ ਅੱਗ ਲੱਗੀ ਸੀ? ਸਰ ਸਾਨੂੰ 11:30 ਸਲਾਹ ਆਈ ਸੀਗੀ ਕਿ 32 ਸੈਕਟਰ ਬੀਕਾਨੇਰ ਦੇ ਕੋਲ ਘਰ ਦੇ ਵਿੱਚ ਅੱਗ ਲੱਗੀ ਆ ਅਤੇ ਅਸੀਂ ਵਿਦਇਨ 5 ਮਿੰਟ ਦੇ ਵਿੱਚ ਇੱਥੇ ਗੱਡੀ ਲੈ ਕੇ ਪਹੁੰਚ ਗਏ ਸੀ ਅਤੇ ਅੱਗ ਜ਼ਿਆਦਾ ਹੋਣ ਕਰਕੇ ਅਸੀਂ ਨਾਲ 2 ਗੱਡੀਆਂ ਐਕਸਟਰਾ ਆਪਣੀਆਂ ਮੰਗਵਾਈਆਂ ਅਤੇ ਦੇਖਿਆ ਤਾਂ ਅੰਦਰ 3 ਸਿਲੰਡਰ ਸੀਗੇ ਅਤੇ 2 ਕੁੱਤੇ ਸੀ, ਜਿਹ 'ਚੋਂ ਇੱਕ ਆਪਣਾ ਡੈਥ ਹੋ ਚੁੱਕੀ ਹੈ ਕੁੱਤੇ ਦੀ ਅਤੇ 1 ਸਹੀ ਆ। ਬਾਕੀ ਕੁਛ ਕਹਿ ਨੀ ਸਕਦੇ, ਅਸੀਂ ਆਂਦੇ ਆਪਣਾ ਕੰਟਰੋਲ ਕਿੰਨਾ ਕੁ ਨੁਕਸਾਨ ਹੋਵੇ, ਕਾਫੀ ਨੁਕਸਾਨ ਹੋਵੇ ਤਾਂ ਮਾਲਕ ਹੀ ਦੱਸ ਸਕਦੇ ਆ। ਸੋ ਇੱਕ ਜਿਹੜਾ ਦੰਦਾ ਸੀ ਕਿ ਪਾਲਤੂ ਕੁੱਤਾ ਸੀ ਉਹਦੀ ਤਾਂ ਡੈਥ ਹੋ ਜਾਂਦੀ ਹੈ ਅਤੇ ਜਿਹੜੇ ਘਰ ਦੇ ਜਿਹੜੇ ਜੀ ਆ ਉਹਨਾਂ 'ਚੋਂ ਇਹਨਾਂ ਨੂੰ ਸਿਵਲ ਹਸਪਤਾਲ ਸੋਰੀ ਨਜ਼ਦੀਕੀ ਜਿਹੜਾ ਨਿੱਜੀ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਲਈ ਭੇਜ ਦਿੱਤਾ ਗਿਆ। ਅਤੇ ਜਦਕਿ ਦੰਦਾ ਸੀ ਕਿ ਘਰ ਦਾ ਸਾਰਾ ਸਮਾਨ ਚੱਲ ਕੇ ਬਿਲਕੁਲ ਸਵਾਹ ਹੋ ਗਿਆ ਅਤੇ ਇਲਾਕਾ ਪੁਲਿਸ ਮੌਜੂਦ ਹੈ ਅਤੇ ਜਿਹੜੇ ਪੁਲਿਸ ਕਰਮੀ ਇਸ 'ਤੇ ਮੌਜੂਦ ਇਸ ਦੇ ਨਾਲ ਦੰਦਾ ਸੀ ਕਿ ਉਹ ਪਾਲਤੂ ਕੁੱਤਾ ਸਾਹਮਣੇ ਤਸਵੀਰਾਂ ਦੇਖ ਸਕਦੇ, ਇੱਕ ਪਾਲਤੂ ਕੁੱਤਾ ਜਿਹੜਾ ਸੀ ਉਹ ਬਚਾਅ ਹੋ ਗਿਆ, ਗਨੀਮਤ ਰਹੀ ਹੈ, ਉਹ ਦੌੜ ਕੇ ਦੂਸਰੇ ਪਿੱਛੇ ਕਮਰੇ ਚੱਲ ਜਾਂਦਾ ਤਾਂ ਉਸਦੀ ਜਾਨ ਬਚ ਜਾਂਦੀ ਹੈ। ਸੋ ਬਿਲਕੁਲ ਸਹਿਮ ਆ, ਜਾਨਵਰ ਵੀ ਅਸਮ ਇਨਸਾਨ ਜਾਨਵਰ ਵੀ ਅਸਮ ਸਹਿਮ ਆ, ਲੇਕਿਨ ਘਰ ਦੇ ਜਿਹੜੇ ਜੀ ਸੀ ਉਹਨਾਂ ਨੂੰ ਨਜ਼ਦੀਕੀ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਕਰਾਇਆ ਗਿਆ ਹੈਗਾ। ਅਤੇ ਅੱਗ ਬੁਝਾਊ ਦਸਤੇ ਜਿਹੜੇ ਕਰਮਚਾਰੀ ਵਗੈਰਾ ਇਸ ਜਗ੍ਹਾ 'ਤੇ ਮੌਜੂਦ ਹੈ ਅਤੇ ਤਕਰੀਬਨ 5 ਤੋਂ 6 ਗੱਡੀਆਂ ਜਿੱਥੇ ਫਾਇਰ ਬ੍ਰਿਗੇਡ ਦੀਆਂ ਪਹੁੰਚਦੀਆਂ ਅਤੇ ਤੁਸੀਂ ਤਸਵੀਰਾਂ ਦੇਖ ਰਹੇ, ਸਾਰਾ ਤਕਰੀਬਨ ਸਾਰਾ ਸਮਾਨ ਇੱਥੇ ਜਲ ਕੇ ਬਿਲਕੁਲ ਤਾਂ ਰਾਖ ਹੋ ਚੁੱਕੇ ਆ। ਅਤੇ ਤਾਂ ਇਹ ਹਾਲਾਤ ਹੈ ਇਸ ਟਾਈਮ ਘਰ ਦੇ ਵੀ, ਬਿਲਕੁਲ ਜਿਹੜਾ ਸਮਾਨ ਹੈ ਬਿਲਕੁਲ ਸਵਾਹ ਹੋ ਚੁੱਕਾ ਹੈ ਅਤੇ ਕਾਫੀ ਲੱਖਾਂ ਦਾ ਨੁਕਸਾਨ
ਅਨੁਮਾਨਿਤ ਹੈ ਵੀ ਲੱਖਾਂ ਦਾ ਜਿਹੜਾ ਸਮਾਨ ਆ ਜਲ ਕੇ ਬਿਲਕੁਲ ਰਾਖ ਹੋ ਚੁੱਕਿਆ ਹੈਗਾ। ਸੋ ਇਲਾਕਾ ਜਿਹੜੀ ਪੁਲਿਸ ਆ ਵੀ ਮੌਜੂਦ ਆ, ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗਾ। ਸਹੀ ਕੀ ਨਾਮ ਹੈ? ਸ਼ਮਸ਼ੀਰ। ਕਦੋਂ ਤੁਹਾਨੂੰ ਇਤਲਾਹ ਮਿਲੀ, ਕਿਹੜੇ ਏਰੀਆ ਸੀ? ਏਰੀਆ ਪੀ ਐਸ ਵਰਧਮਾਨ ਦਾ ਜੀ। ਅੱਛਾ ਜੀ, ਅਤੇ ਕੀ ਇਤਲਾਹ ਮਿਲੀ ਤੁਹਾਨੂੰ? ਸਾਨੂੰ ਇਤਲਾਹ ਮਿਲੀ ਜੀ 32 ਏ ਸੈਕਟਰ 2099 'ਚ ਅੱਗ ਲੱਗੀ ਆ, ਉੱਥੇ ਮੌਕੇ 'ਤੇ ਪਹੁੰਚੋ। ਅਤੇ ਅੱਗ ਬੁਝਾਤੀ ਸੀ ਪਹਿਲਾਂ? ਹਾਂਜੀ, ਅਸੀਂ ਫਾਇਰ ਬ੍ਰਿਗੇਡ ਵੀ ਆ ਗਿਆ ਸੀ, ਅਸੀਂ ਪਹੁੰਚ ਗਏ ਮੌਕੇ 'ਤੇ। ਅਤੇ ਇਹਨਾਂ ਨੇ ਡੋਗੀ ਰੱਖੇ ਦੋ, ਇੱਕ ਦੀ ਮੌਤ ਹੋ ਗਈ ਆ, ਦੂਜਾ ਹਾਲੇ ਜਿਉਂਦਾ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਿਹਾ। ਚੌਕੀ ਬਚ ਗਿਆ? ਹਾਂਜੀ ਹਾਂਜੀ। ਜਿਹੜੇ ਘਰ ਦੇ ਜਿਹੜੇ ਜੀ ਸੀ ਉਹਨਾਂ ਨੂੰ ਕਿੱਥੇ? ਘਰ ਦੇ ਜੀ ਕਹਿੰਦੇ ਉਹਨਾਂ ਦੇ ਥੋੜ੍ਹੀ ਬਹੁਤ ਸੇਕ ਲੱਗਿਆ, ਮੇਰਾ ਖਿਆਲ ਹੋਸਪਿਟਲ ਨਾਲ ਗਿਆ। ਹੋਸਪਿਟਲ ਗਿਆ? ਹਾਂਜੀ। ਸੋ ਇਲਾਕਾ ਪੁਲਿਸ ਮੌਕੇ 'ਤੇ ਪਹੁੰਚੀ। ਕਿੰਨੇ ਕਿੰਨੇ ਵਜੇ ਟਾਈਮ ਸੀ? ਉਹੀ ਹੋਏਗਾ 11:30 ਦਾ, 11:30 12 ਦਾ ਟਾਈਮ ਸੀਗਾ। ਕੀ ਲੱਗਾ? ਆਵਾਜ਼ ਸੀ? ਮੈਨੂੰ ਤੇ ਅੰਦਰ ਪਈ ਹੋਈ ਸੀ, ਇੱਕਦਮ ਆਵਾਜ਼ਾਂ ਚੀਖਾਂ ਆਈਆਂ ਨੇ, ਚੀਖਾਂ ਆਈਆਂ, ਬਾਹਰ ਨਿਕਲ ਕੇ ਦੇਖਿਆ ਅੱਗ ਦੇ ਪਾਂਪੜ ਮੱਚੇ ਹੋਏ ਸੀਗੇ, ਤੇ ਉਹਨਾਂ ਦੀ ਮੰਮੀ ਨੂੰ ਉੱਥੇ ਬਿਠਾਇਆ ਹੋਇਆ ਸੀ, ਕੱਢ ਕੇ ਲੈ ਕੇ ਗਏ ਕਿ ਉਹ ਤੁਰ ਨਹੀਂ ਸੀ ਪਾਉਂਦੇ, ਬਿਮਾਰ ਸੀਗੇ, ਤੇ ਉਹ ਵਿਚਾਰੇ ਦੇ ਪੈਰ ਪੂਰ ਸੜੇ ਸੀ ਮੁੰਡੇ ਦੇ, ਤੇ ਉਹ ਰੋਂਦੇ ਰੋਂਦੀ ਸੀ, ਮੇਰਾ ਅੰਦਰ ਬਰੋਨੀ ਟੋਮੀ, ਮੇਰਾ ਬਰੋਨੀ ਟੋਨੀ ਆ, ਅੰਦਰ ਮੈਨੂੰ ਅੰਦਰ ਜਾਣ ਦਿਓ। ਕੁੱਤੇ ਆ ਵੱਡਾ ਬਰੋਨੀ ਸੀ, ਛੋਟਾ ਟੋਮੀ ਸੀਗਾ, ਹਾਂ ਇੱਕ ਮਰ ਗਿਆ ਕੁੱਤਾ। ਅੱਗ ਬਹੁਤ ਜ਼ਿਆਦਾ ਮਤਲਬ ਕਿ ਇੱਕਦਮ ਹੀ ਮੱਚ ਗਈ ਨਾ। ਕਹਿੰਦਾ ਉਹ ਮੁੰਡਾ ਦੱਸਣ ਡਿਆ, ਕਹਿੰਦਾ ਮੈਂ ਦੁੱਧ ਕਰ ਉਬਾਲਣ ਡਿਆ ਸੀ ਤੇ ਸਿਲੰਡਰ ਨੂੰ ਅੱਗ ਪੈ ਗਈ। ਹਾਂ ਥੋੜੀ ਦੇਰ ਬਾਅਦ ਹੀ ਆ ਗਈਆਂ ਸੀ, ਜਲਦੀ ਆ ਗਈਆਂ, ਤਾਂ ਹੀ ਕਾਬੂ ਪਾ ਲਿਆ, ਨਹੀਂ ਤੇ ਬਹੁਤ ਜ਼ਿਆਦਾ ਵੀ ਨੁਕਸਾਨ ਹੋਣਾ ਸੀ। ਅਜੇ ਫਿਰ ਵੀ ਚਲੋ ਬਚਾਅ ਹੋ ਗਿਆ, ਪਰਮਾਤਮਾ ਦੀ ਕਿਰਪਾ ਦੇ ਨਾਲ, ਗੱਡੀ ਜਲਦੀ ਆ ਗਈ, ਜਲਦੀ ਸ਼ੀਸ਼ ਜੋ ਤੋੜ ਕੇ ਅੱਗ ਬੁਝਾਈ ਆ। ਚੰਡੀਗੜ੍ਹ ਰੋਡ ਦਾ 32 ਸੈਕਟਰ ਦਾ ਜਿਹੜਾ 2099 ਜਿਹੜਾ ਮਕਾਨ ਹੈਗਾ, ਜਿੱਥੇ ਅੱਜ ਤਕਰੀਬਨ 11:30 ਵਜੇ ਇੱਕ ਅੱਗ ਲੱਗਦੀ ਹੈ, ਤੇ ਤਕਰੀਬਨ ਘਰ ਦਾ ਸਾਰਾ ਸਮਾਨ ਸੜ ਕੇ ਰਾਖ ਹੋ ਗਿਆ। ਇਸ ਹਾਦਸੇ ਦੇ ਵਿੱਚ ਹੁੰਦਾ ਸੀ, ਇਸ ਘਟਨਾ ਦੇ ਵਿੱਚ ਘਰ ਦਾ ਇੱਕ ਪਾਲਤੂ ਕੁੱਤਾ ਉਹਦੀ ਵੀ ਮੌਤ ਹੋ ਜਾਂਦੀ, ਇਸ ਦੇ ਨਾਲ ਹੀ ਜਿਹੜਾ ਦੂਸਰਾ ਕੁੱਤਾ ਹੈ ਕਿਸੇ ਤਰ੍ਹਾਂ ਉਹ ਡਰ ਕੇ ਭੱਜ ਕੇ ਦੂਸਰੇ ਕਮਰੇ 'ਚ ਚੱਲ ਜਾਂਦਾ, ਤਾਂ ਉਸਦੀ ਫਿਲਹਾਲ ਜਾਨ ਬਚ ਜਾਂਦੀ। ਅਤੇ ਲੇਕਿਨ ਘਰ ਦੇ ਜਿਹੜੇ ਜੀ ਸੀ ਉਹਨਾਂ ਨੂੰ ਥੋੜ੍ਹੀ ਇਸ ਅੱਗ ਦੇ ਵਿੱਚ ਪੇਟ ਆਉਣ ਨਾਲ ਥੋੜ੍ਹੀ ਉਹਨਾਂ ਨੂੰ ਜ਼ਖਮੀ ਹੁੰਦੇ, ਤਾਂ ਜਿਨ੍ਹਾਂ ਨੂੰ ਨਜ਼ਦੀਕੀ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਦੀ। ਦੇਸ਼ ਦੁਨੀਆ ਕੀ ਹਰ ਖਬਰ ਸਭਸੇ ਪਹਿਲੇ ਦੇਖਨੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।